biggest South Asian media group, Y Media. Y Media. Y Media has newspaper, midweek, radio, South Asian Pulse, television. You are watching Channel Y. Channel Y. A South Asian Canadian channel. Online, SouthAsianDaily.com. The biggest South Asian media group, Y Media. You are watching Channel Y. Channel Y. A South Asian Canadian channel. Kejriwal shuru ton jehdi nuisance create karda aaya aur oh dushit jehdi bhashan dushit jehdi ohdi bani sigi aur ohda natija hai ki ajj ohnu maafi mangni payi aur oh hamesha ohnane ulte sidhe bayan de ke ਔਰ ਲੋਕਾਂ ਦੇ ਵਿੱਚ ਭੜਕ ਉਹਨਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਆਪਣੀ ਰਾਜਨੀਤਿਕ ਸਿੱਧਣ ਦੀ ਗੱਲ ਕੀਤੀ ਜਿਹਨੂੰ ਅਸੀਂ ਸ਼ੁਰੂ ਤੋਂ ਕਹਿੰਦੇ ਆਏ ਹਾਂ ਕਿ ਇਹ ਇੱਕ ਗੰਦਲੀ ਰਾਜਨੀਤੀ ਦਾ ਜਿਹੜਾ ਨੇਤਾ ਆ ਔਰ ਅੱਜ ਉਹ ਸਾਰੀਆਂ ਗੱਲਾਂ ਸਾਬਤ ਹੋ ਗਈਆਂ ਔਰ ਇਹਦੇ ਤੋਂ ਇਹ ਹੋ ਗਿਆ ਕਿ ਬਾਕੀਆਂ ਲਈ ਵੀ ਜਿਹੜੀ ਉਹਨਾਂ ਦੀ ਪਾਰਟੀ ਦੇ ਲੋਕ ਬਹੁਤ ਜ਼ਿਆਦਾ ਬੋਲਦੇ ਇਹਦੇ ਤੋਂ ਉਹਨਾਂ ਨੂੰ ਵੀ ਸਿੱਖ ਲੈਣ ਦੀ ਲੋੜ ਹੈ ਕਿ ਅੰਤ ਜਦੋਂ ਅਸੀਂ ਗਲਤ ਦੂਸ਼ਣਬਾਜ਼ੀ ਕਰਦੇ ਹਾਂ ਤਾਂ ਉਹਦਾ ਅੰਤ ਜਿਹੜਾ ਹੈ ਮਾਫ਼ੀ ਮੰਗ ਕੇ ਹੀ ਹੁੰਦਾ ਹੈ ਸੋ ਜਿਹੜੇ ਬਾਕੀ ਵੀ ਇਸ ਤਰ੍ਹਾਂ ਦੇ ਬੋਲਦੇ ਨੇ ਉਹਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਔਰ ਰਾਜਨੀਤੀ ਦੇ ਵਿੱਚ ਸਾਡੀ ਵਿਚਾਰਾਂ ਦੀ ਲੜਾਈ ਹੁੰਦੀ ਹੈ ਨਾ ਕਿ ਵਿਅਕਤੀਗਤ ਲੜਾਈ ਔਰ ਜਦੋਂ ਅਸੀਂ ਉਹਨੂੰ ਵਿਅਕਤੀਗਤ ਲੜਾਈ ਪੈਂਦੇ ਕਰਦੇ ਹਾਂ ਤਾਂ ਰਾਜਨੀਤੀ ਦਾ ਗੰਦਲਾਪਨ ਵੀ ਹੁੰਦਾ ਔਰ ਨਿੱਜੀ ਸਵਾਰਥ ਵੀ ਹੁੰਦਾ ਔਰ ਕੇਜਰੀਵਾਲ ਜੀ ਅਫਸਰਵਾਦੀ ਨੇ ਅਪਰਚੁਨਿਟ ਨੇ ਔਰ ਇਸ ਅਫਸਰਵਾਦੀ 'ਚ ਉਹ ਸੱਤਾ ਹਥਿਆਉਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਸੀ ਇਹ ਅਸੀਂ ਕਈ ਵਾਰੀ ਅੱਕਿਆ ਔਰ ਅੱਜ ਮੈਂ ਤਾਂ ਇਹ ਕਹਾਂਗਾ ਕਿ ਉਹਨਾਂ ਨੂੰ ਮਨ ਸਮੱਤਿਆ ਪਈ ਰੱਬ ਨੇ ਉਹਨਾਂ ਨੂੰ ਸਤ ਬੁੱਧੀ ਦਿੱਤੀ ਹੈ ਅਤੇ ਉਹਨਾਂ ਨੂੰ ਜਿਹੜੇ ਅੱਜ ਉਹਨਾਂ ਨੇ ਮਾਫ਼ੀ ਮੰਗੀ ਹੈ ਔਰ ਬਾਕੀਆਂ ਨੂੰ ਇਹਦੇ ਤੋਂ ਸੇਧ ਲੈਂਦੇ ਹੋਏ ਆਪਣੀ ਬਿਆਨਬਾਜ਼ੀ ਤੋਂ ਥੋੜ੍ਹਾ ਜਿਹਾ ਗੁਰੇਜ਼ ਕਰਨਾ ਚਾਹੀਦਾ ਉਹਨਾਂ ਦੇ ਪ੍ਰਦੇਸ਼ ਦੇ ਪ੍ਰਧਾਨ ਔਰ ਵਾਈਸ ਪ੍ਰਧਾਨ ਉਪ ਪ੍ਰਧਾਨ ਜਿਹੜੇ ਆ ਉਹਨਾਂ ਨੇ ਅਸਤੀਫੇ ਦਿੱਤੇ ਆ ਮੈਂ ਤਾਂ ਕਹਾਂਗਾ ਕਿ ਉਹਨਾਂ ਦੀ ਅੰਦਰਲੀ ਪੰਜਾਬੀ ਅਣਖ ਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਝੰਜੋੜਿਆ ਜਿਹਦੇ ਕਰਕੇ ਉਹਨਾਂ ਨੇ ਫੈਸਲਾ ਲਿਆ ਔਰ ਮੈਂ ਬਾਕੀਆਂ ਨੂੰ ਵੀ ਕਹਾਂਗਾ ਕਿ ਜਿਨ੍ਹਾਂ ਦੀ ਅਣਖ ਜਾਗਦੀ ਹੈ ਔਰ ਐਸੀ ਗੰਦਲੀ ਰਾਜਨੀਤੀ ਤੋਂ ਉਹਨਾਂ ਨੂੰ ਪਰੇ ਹੋ ਜਾਣਾ ਚਾਹੀਦਾ ਦੇਖੋ ਜਦੋਂ ਗਲਤ ਤਰੀਕੇ ਨਾਲ ਆਪਣੇ ਨਿੱਜੀ ਸਵਾਰਥਾਂ ਲਈ ਰਾਜਨੀਤੀ ਕਰਾਂਗੇ ਤਾਂ ਉਹਦਾ ਨਤੀਜਾ ਇਹ ਹੀ ਹੁੰਦਾ ਔਰ ਬੈਂਸ ਬ੍ਰਦਰ ਨੂੰ ਵੀ ਬਹੁਤ ਦੇਰ ਬਾਅਦ ਸਮਝ ਆਈ ਦੇਰ ਆਏ ਦਰੁਸਤ ਆਏ ਉਹਨਾਂ ਨੇ ਆਪਣਾ ਰਸਤਾ ਵੱਖਰਾ ਕੀਤਾ ਮੈਂ ਉਹਨਾਂ ਨੂੰ ਕਹਾਂਗਾ ਕਿ ਵੀ ਉਹ ਭਵਿੱਖ ਦੇ ਵਿੱਚ ਸਹੀ ਰਾਸਤੇ ਨੂੰ ਚੁਣਨ ਦੇ ਲਈ ਅੱਗੇ ਆਉਣ ਇਹ ਤਾਂ ਮੈਂ ਕਹਿ ਹੀ ਚੁੱਕਾ ਆਲਰੇਡੀ ਕਿ ਉਹ ਅਫਸਰਵਾਦੀ ਸੀ ਉਹ ਤਾਂ ਸੱਤਾ ਦਾ ਭੁੱਖਾ ਸੀ ਔਰ ਸੱਤਾ ਪੰਜਾਬ 'ਚੋਂ ਮਿਲੀ ਨਹੀਂ ਔਰ ਇਸ ਕਰਕੇ ਉਹ ਇਹਨਾਂ ਚੀਜ਼ਾਂ ਤੋਂ ਹੁਣ ਉਹਨੂੰ ਮਨ ਸਮੱਤਿਆ ਪਈ ਹੈ ਔਰ ਮਜੀਠੀਆ ਜੀ ਜਿਹੜੇ ਜਿਨ੍ਹਾਂ 'ਤੇ ਉਹਨਾਂ ਨੇ ਇਲਜ਼ਾਮ ਲਗਾਏ ਸੀ ਅੱਜ ਉਹਨੇ ਮਾਫ਼ੀ ਮੰਗ ਕੇ ਇਹ ਸਾਬਿਤ ਕਰਤਾ ਕਿ ਉਹਨਾਂ ਨੇ ਰਾਜਨੀਤੀ ਦੇ ਵਿੱਚ ਜਿਹੜਾ ਗੰਦਲਾਪਨ ਲਿਆਂਦਾ ਸੀ ਉਸ ਨੂੰ ਹੁਣ ਸਾਫ਼ ਕਰਨ ਦੀ ਜਿਹੜੀ ਆ ਲੋੜ ਹੈ ਔਰ ਉਹਦੇ 'ਚ ਉਹ ਅੱਗੇ ਆਏ ਅਸੀਂ ਉਹਦਾ ਸਵਾਗਤ ਕਰਦੇ ਹਾਂ ਮੈਂ ਕੱਲ੍ਹ ਉਹਨਾਂ ਦੀ ਪ੍ਰੈਸ ਕਾਨਫਰੰਸ ਨੂੰ ਦੇਖ ਰਿਹਾ ਸੀਗਾ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਉਹਦੇ 'ਚ ਉਹਨਾਂ ਨੂੰ ਕਿਤੇ ਵਿਚਾਰਾਂ ਦੀ ਲੜਾਈ ਜਾਂ ਕਿਤੇ ਰਾਜਨੀਤਿਕਿਆ ਵਾਲੀ ਐਸੀ ਕੋਈ ਗੱਲ ਨਹੀਂ ਸੀ ਉਹਦੇ 'ਚ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹ ਨਿੱਜੀ ਆਪਣੇ ਜਿਹੜੀ ਦੁਸ਼ਮਣੀ ਜਾਂ ਬਦਲਾਖੋਰੀ ਦੀ ਭਾਵਨਾ ਨਾਲ ਕਰ ਰਿਹਾ ਸੀ ਅਗਰ ਜੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਲੱਗਦਾ ਸੀ ਤਾਂ ਕੈਪਟਨ ਸਾਹਿਬ ਨੇ ਪਹਿਲਾਂ ਉਹਨਾਂ ਨੂੰ ਕੇਸ ਖਤਮ ਕਰਤਾ ਉਸ ਤੋਂ ਬਾਅਦ ਅਗਰ ਉਹ ਕਹਿ ਰਿਹਾ ਕਿ ਮੰਗ ਕਰਦੇ ਹਾਂ ਤਾਂ ਮੰਗ ਕਿਹਦੇ ਕੋਲੋਂ ਕਰਦੇ ਹਾਂ ਮੰਗ ਉਹ ਸੱਤਾ ਦੇ ਵਿੱਚ ਮੰਤਰੀ ਹੈ
ਪੰਜਾਬ ਸਰਕਾਰ ਦਾ ਮੰਤਰੀ ਹੈ ਅਤੇ ਮੰਗ ਉਹ ਕਿਹਦੇ ਕੋਲੋਂ ਕਰ ਰਿਹਾ ਸੀ। ਸੋ ਇੱਕ ਡਰਾਮੇਬਾਜ਼ੀ ਆ ਔਰ ਉਹਦੇ ਵਿੱਚੋਂ ਉਹਦਾ ਨਿੱਜੀ ਜਿਹੜੀ ਹੈ ਨਾ ਉਹ ਨਿੱਜੀ ਦੁਸ਼ਮਣੀ ਝਲਕਦੀ ਹੈ ਔਰ ਨਿੱਜੀ ਦੁਸ਼ਮਣੀ ਦਾ ਹੱਲ ਜਿਹੜਾ ਕਿਸ ਤਰ੍ਹਾਂ ਦਾ ਨਤੀਜੇ ਉਹਦੇ ਆਏ ਉਹ ਕੇਜਰੀਵਾਲ ਤੋਂ ਉਹਨਾਂ ਨੂੰ ਵੀ ਸਿੱਖ ਲੈ ਲੈਣੀ ਚਾਹੀਦੀ, ਉਹਨਾਂ ਨੂੰ ਵੀ ਕੁਛ ਨਾ ਕੁਛ ਉਹਦੇ ਤੋਂ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਔਰ ਇਸ ਕੇਜਰੀਵਾਲ ਦੀ ਨੂੰ ਦੇਖਦੇ ਹੋਏ ਉਹਨਾਂ ਨੂੰ ਵੀ ਨਿੱਜੀ ਬਦਲਾਖੋਰੀ ਤੋਂ ਛੱਡ ਕੇ ਵਿਚਾਰਾਂ ਦੀ ਲੜਾਈ ਦੇ ਉੱਤੇ ਆਉਣ ਔਰ ਰਾਜਨੀਤੀ ਅਸੀਂ ਪਾਰਟੀਆਂ ਜਿਹੜੀਆਂ ਉਹ ਵਿਚਾਰਕ ਸਾਡੇ ਮਤਭੇਦ ਹੋ ਸਕਦੇ, ਵਿਅਕਤੀਗਤ ਕਿਸੇ ਦੇ ਨਾਲ ਸਾਡੇ ਕੋਈ ਮਤਭੇਦ ਨਹੀਂ ਹੁੰਦੇ। ਪੰਜਾਬ ਦੇ ਹਰ ਕੋਨੇ ਦੀ ਖਬਰ ਜਿਸ ਤੇ ਬਾਈ ਮੀਡੀਆ ਦੀ ਨਜ਼ਰ, ਧਰਮ ਖੇਡ ਸਿਆਸਤ ਦੇ ਵਿੱਚ ਸਾਡੇ ਰਾਜਨੇਤਾ ਦਿੰਦੇ ਨੇ ਕੀ ਆਪਣੇ ਵਿਊ, ਉਹ ਭਾਈ ਇਹ ਪਤਾ ਕਰਨ ਵਾਸਤੇ ਵਾਈ ਮੀਡੀਆ ਤੇ ਦੇਖੋ ਪੰਜਾਬ ਨਿਊਜ਼। ਪੰਜਾਬ ਦੀਆਂ ਤਾਜ਼ੀਆਂ ਖਬਰਾਂ ਦੇਖਣ ਨੂੰ ਮਿਲਣਗੀਆਂ ਪੰਜਾਬ ਨਿਊਜ਼ ਦੇ ਵਿੱਚ ਸਵੇਰੇ 9:30, ਦੁਪਹਿਰੇ 12:00, ਦੁਪਹਿਰੇ 2:30, ਸ਼ਾਮੀ 5:30 ਤੇ ਰਾਤੀ 9:00 ਤੇ ਰਾਤੀ 11:00। ਤੇ ਭਾਈ ਹੁਣ ਨੌ ਸਕਿਊਜ ਪੰਜਾਬ ਦੀ ਤਾਜ਼ਾ ਅਪਡੇਟ ਜਾਣਨ ਵਾਸਤੇ ਦੇਖਦੇ ਰਹੋ ਪੰਜਾਬ ਨਿਊਜ਼, ਸਿਰਫ ਤੇ ਸਿਰਫ ਚੈਨਲ Y ਤੇ। ਚੈਨਲ Y, a South Asian Canadian channel. Call Rogers or Bell today and subscribe to Channel Y. Channel Y. For more information, visit SouthAsiaDaily.com. You are watching Channel Y. Channel Y. A South Asian Canadian